शुभ नाम की है बलदेव सिंह जी। असि मान साहब की पार्टी के बंदे हैं। अच्छा जी, मलोह हल्का है मेरा। उन्होंने चंगे बंदे दे मथे लगा है, श्री गुरु ग्रंथ साहिब जी दी अगुवाई च लग्या। वाहेगुरु। और महाराज ने के पैरा कराया। हां, पैरा कराया, बिल्कुल बिल्कुल। चलो वधिया हो गया। ਹੁਣ ਤੁਸੀਂ ਆਪਣੇ ਵਾਲੇ ਫੋਨ ਤੋਂ ਬਾਈ ਦੇ ਫੋਨ ਨੂੰ ਫੋਨ ਕਰੋ। ਨਹੀਂ, ਉਹ ਦੱਸ ਦਿਆਂਗੇ ਜੀ ਪਹਿਲਾਂ। ਪਹਿਲੇ ਉਹ ਪ੍ਰੈਕਟੀਕਲ ਇੱਕ ਵਾਰੀ ਕਰਕੇ ਦਿਖਾ ਦੇਣਾ ਕਿ ਕੀ ਹੋ ਰਿਹਾ, ਉਸ ਤੋਂ ਬਾਅਦ ਇਹਨੂੰ ਲਾਊਡ ਤੇ ਲਾ ਦੇਣਾ। ਤੁਸੀਂ ਸਾਰੀ ਆਪਦੀ ਗੱਲ ਵੀ ਕਿੱਥੋਂ ਮੈਨੂੰ ਇਹ ਲੱਭਿਆ। ਓਕੇ, ਹਾਂ ਉਹ ਦੱਸ ਦਿਓ। ਜਲਦੀ ਬੰਦ ਵੀ ਕਰ ਸਕਦੇ ਹੋ, ਕਰ ਸਕਦੇ ਹੋ, ਕਰੋ ਤੁਸੀਂ, ਕਰੋ ਬਲਵਿੰਦਰ ਸਿੰਘ ਨੂੰ ਕਰੋ। हेलो, हरपिंदर जी। हेलो, चल चल पिया। हेलो, लाऊगा इन्हों, लाऊगा मेरे को ले आऊगा। ਇਦਾਂ ਹੀ ਹੋ ਰਿਹਾ ਸੀਗਾ, ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਸੁਣ ਰਹੀਆਂ ਸੀ। ਆ ਦੇਖੋ, ਅੱਛਾ ਲਾਇਆ ਹੁਣ ਤੁਹਾਨੂੰ ਐ ਨੇ। ਤੁਸੀਂ ਫੋਨ ਚੱਕੋ, ਇਧਰ ਹੀ ਚੱਕੋ। ਦੇਖੋ ਜੀ, ਤੁਸੀਂ ਚੱਕੋ ਬਾਹਰ ਗੱਲ ਕਰੋ। ਇਧਰ ਵੀ ਚੱਕ ਰਹੇ। ਹੈਲੋ, ਤੁਸੀਂ ਚੱਕ ਰਹੇ। ਹੈਲੋ ਹੈਲੋ ਹੈਲੋ, ਦੂਰ ਜਾ ਉੜਾ। ਹਾਂਜੀ, ਕੌਣ ਬੋਲਦੇ ਹੋ ਤੁਸੀਂ? ਆ ਤੁਹਾਡਾ ਨਾਂ ਕੀ ਹੈ ਜੀ? ਦੱਸੋ ਕੌਣ ਬੋਲ ਰਹੇ ਹੋ? ਜਸਪ੍ਰੀਤ ਸਿੰਘ ਹੈ। ਅੱਛਾ ਜਸਪ੍ਰੀਤ ਸਿੰਘ ਜੀ, ਦੱਸੋ ਕਿੱਥੇ ਹੋ ਤੁਸੀਂ? ਅੱਛਾ ਮੰਦਰ ਚੋਂ ਤੁਸੀਂ? ਤੁਸੀਂ ਤੁਸੀਂ ਕਿਹੜੇ ਨੰਬਰ ਤੋਂ, ਕਿਹੜੇ ਨੰਬਰ ਤੇ ਕਾਲ ਕੀਤੀ ਹੈ ਜੀ? ਅੱਛਾ, ਜਾਣੀ ਮੇਰੇ ਨੰਬਰ ਤੇ 98 100 ਅੱਛਾ 81 466 96 144 ਤੇ ਇਸ ਫੋਨ ਦੇ ਉੱਤੇ ਕੋਈ ਵੀ ਪੱਤਰਕਾਰ ਜਿਹੜਾ ਹੈਗਾ ਉਹ ਗੱਲਬਾਤ ਸੁਣ ਸਕਦਾ। ਇਹ ਨੰਬਰ ਅਲੈਦਾ ਹੈ, ਕਿਸੇ ਵੀ ਪੱਤਰਕਾਰ ਨੂੰ ਸ਼ੱਕ ਹੋਵੇ ਤਾਂ ਇਹ ਪੂਰੀ ਵਿਸਥਾਰ ਦੇ ਨਾਲ ਘਟਨਾ ਕੀ ਹੈ ਇਹਦੀ ਜਾਣਕਾਰੀ ਮੈਂ ਆਪ ਜੀ ਨੂੰ ਬਾਅਦ 'ਚ ਦਿਆਂਗਾ, ਪਰ ਇਹ ਗੱਲ ਮੇਰੀ ਕਿਸੇ ਵੀਰ ਦੇ ਨਾਲ ਹੋ ਰਹੀ ਹੈ, ਪਰ ਇਹਦੀ ਆਊਟਪੁੱਟ ਜਿਹੜੀ ਹੈ ਉਹ ਮੇਰੇ ਫੋਨ ਦੇ ਨਾਲ ਨਾਲ ਇਸ ਫੋਨ 'ਤੇ ਵੀ ਲਗਾਤਾਰ ਆ ਰਹੀ ਹੈ। ਇਹ ਪੂਰਾ ਅੱਜ ਦਾ ਘਟਨਾਕ੍ਰਮ ਕੀ ਹੋਇਆ ਇਹ ਬੇਹੱਦ ਦਿਲਚਸਪ ਹੈ। ਜੋ ਮੈਂ ਆਹ ਫੋਨ 'ਤੇ ਬੋਲ ਰਿਹਾ, ਆਪ ਜੀ ਸੁਣ ਰਹੇ ਹੋ, ਨਾਲ ਨਾਲ ਇਸ ਨੰਬਰ ਦੇ ਉੱਤੇ ਵੀ ਚੱਲ ਰਿਹਾ। ਆ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਕਾਲ ਆਈ ਹੈ, ਕਿਸੇ ਨੂੰ ਕੋਈ ਸ਼ੰਕਾ ਤਾਂ ਨਹੀਂ? ਆਪ ਜੀ ਸਾਰੇ ਲੋਕਤੰਤਰ ਦਾ ਚੌਥਾ ਥੰਮ ਪ੍ਰੈਸ ਜਿਹੜੀ ਹੈ ਉਹ ਸਾਡੇ ਸਨਮੁੱਖ ਖੜ੍ਹੇ ਹੋ, ਅਤੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਮੇਰੇ ਨੰਬਰ ਦੇ ਉੱਤੇ ਇੱਕ ਵੀਰ ਨੇ ਟੈਲੀਫੋਨ ਕੀਤਾ ਅਤੇ ਉਹਦਾ ਜਿਹੜਾ ਰਿੰਗ ਹੈਗੀ ਆ ਉਹ ਬਰਾਬਰ ਮੇਰੇ ਨੰਬਰ ਸਮੇਤ ਇਸ ਫੋਨ ਦੇ ਉੱਤੇ ਵੱਜੀ ਹੈ। ਇਹ ਜਿਹੜਾ ਨੰਬਰ ਮਿਲਿਆ ਹੈਗਾ, ਜਿਹੜਾ ਫੋਨ ਮਿਲਿਆ, ਇਹ ਸਿੰਘ ਸਾਹਿਬ ਨੂੰ ਮੈਂ ਨਹੀਂ ਜਾਣਦਾ, ਇਹਨਾਂ ਨੂੰ ਇੱਕ ਇਹ ਫੋਨ ਸੜਕ 'ਤੇ ਪਿਆ ਮਿਲਿਆ, ਔਰ ਇਹ 2 ਘੰਟਿਆਂ ਦੇ ਮੈਨੂੰ ਫੋਨ ਕਰ ਰਹੇ ਹੈ ਕਿ ਭਾਈ ਸਾਹਿਬ ਤੁਹਾਡੇ ਨੰਬਰ ਤੋਂ ਇੱਕ ਫੋਨ ਆ ਰਿਹਾ, ਕਿਤੇ ਇਹ ਵਾਲਾ ਫੋਨ ਜਿਹੜਾ ਗੁੰਮਿਆ ਇਹ ਤੁਹਾਡਾ ਤਾਂ ਨਹੀਂ? ਜੇ ਤੁਹਾਡਾ ਹੈ ਤਾਂ ਤੁਸੀਂ ਇਹ ਵਾਪਸ ਲੈ ਲਓ। ਤੁਸੀਂ ਕਿੱਥੋਂ ਬੋਲਦੇ ਹੋ, ਕੌਣ ਬੋਲਦੇ ਹੋ? ਮੈਂ ਇਹਨਾਂ ਨੂੰ ਸਾਰੀ ਗੱਲ ਦੱਸਦਾ। ਮੈਂ ਇਹਨਾਂ ਨੂੰ ਕਿਹਾ ਕਿ ਮੇਰਾ ਫੋਨ ਤਾਂ ਕੋਈ ਡਿੱਗਿਆ ਹੀ ਨਹੀਂ। ਇਹ ਕਹਿੰਦੇ ਜੀ ਨੰਬਰ ਤੁਹਾਡੇ ਤੋਂ ਜਿਹੜੀ ਹੈਗੀ ਆ ਕਾਲ ਬਾਰ ਬਾਰ ਆ ਰਹੀ ਹੈ। ਕੁਦਰਤੀ ਆਪ ਸਾਰੇ ਅੱਜ ਇੱਥੇ ਸੀ, ਔਰ ਇੱਕ ਪ੍ਰੈਸ ਕਾਨਫਰੰਸ ਦੇ ਲਈ ਤੁਹਾਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਸੀ। ਇਹਨਾਂ ਨੂੰ, ਭਾਈ ਸਾਹਿਬ ਹੋਰਾਂ ਨੂੰ ਮੈਂ ਨਹੀਂ ਜਾਣਦਾ, ਇਹਨਾਂ ਨੂੰ ਇਹ ਫੋਨ ਲੱਭਿਆ,
और इस फोन दे उत्ते पूरी गलबात जेड़ी हैगी है मेरी किसे नाल भी हो रही है वो बकायदा सुनी जा रही है। पुलिस ये गलबात सुने, एजेंसियां ये गलबात सुन, स्वागत है, पर की किसे दी निजी गलबात सुननी, इस गल दी इजाजत साडा कानून दिंदा है। मैं अपनी धी नाल भी गल करनी है, मैं अपनी बेटी नाल भी गल करनी है, मैं पत्नी नाल भी गल करनी है, बेटे नाल भी करनी है, कारोबार दे संबंधी भी कोई गल करनी है। बहुत सारी अजिहियां गल्लां हुंदियां कि हुण कौमी इंसाफ मोर्चे दे विच सानू बिना गल तो भंडिया जा रहा है, कई बार गुस्सा आउंदा है, बंदा कोई मंदी शब्दावली जिहड़ी हैगी आ उह भी बोल सकदा है, किसे अपने जाण पछाण वाले नज़दीकी नाल गल करदे आ कि मैं क्रिमिनल हाँ, मेरे खिलाफ कोई मुकदमा दर्ज होया है। कौमी इंसाफ मोर्चा असी पूरी तरह जाबते दे विच रह के जमहूरी ढंग दे नाल सिख कौम नाल हो रही वधीकियां ते अणमनुखी अधिकारां दी एक लड़ाई है जिहड़ी असी एक नागरिक दे तौर ते मैं लड़ रहा। मैं कौमी इंसाफ मोर्चे दा कोई कन्वीनर नहीं, कोई बहुत वड्डा आगू नहीं, एक सधारण मैंबर हाँ। ਤਾਂ ਪੁਲਿਸ ਜਾਂ ਕੋਈ ਵੀ ਇਹ ਜੋ ਕਰ ਰਿਹਾ ਇਹਦੇ ਲਈ ਬਕਾਇਦਾ ਅਸੀਂ ਇੱਕ ਕੰਪਲੇਂਟ ਦੇਵਾਂਗੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ। ਸਾਡੀ ਗੱਲਬਾਤ ਕਿਉਂ ਸੁਣੀ ਜਾ ਰਹੀ ਹੈ ਕਿ ਇਹਦੇ 'ਤੇ ਸੁਪਰੀਮ ਕੋਰਟ ਦੇ ਵਿੱਚ ਔਰ ਪੂਰੇ ਪੜ੍ਹੇ ਲਿਖੇ ਵਰਗ ਦੇ ਵਿੱਚ ਇੱਥੋਂ ਤੱਕ ਕਿ ਦੇਸ਼ ਦੀ ਸੰਸਦ ਦੇ ਵਿੱਚ ਨਿੱਜਤਾ ਦੇ ਪ੍ਰਤੀ ਬਹਿਸ ਹੋ ਚੁੱਕੀ ਹੈ, ਕਈ ਤਰ੍ਹਾਂ ਦੀਆਂ ਕਾਨੂੰਨੀ ਲੜਾਈਆਂ ਲੜੀਆਂ ਜਾ ਰਹੀ ਹੈ, ਤਾਂ ਫਿਰ ਇਹ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਦੇਖੋ ਇਹਦੇ ਬਾਰੇ ਥੋੜੀ ਜਿਹੀ ਗੱਲ ਜਿਹੜੀ ਹੈਗੀ ਹੈ, ਮੈਂ ਇਹਨਾਂ ਨੂੰ ਜਾਣਦਾ ਨਹੀਂ, ਇਸ ਸਿੰਘ ਸਾਹਿਬ ਨੂੰ ਮੈਂ ਪਹਿਲੀ ਵਾਰ ਮਿਲਿਆ, ਇੱਥੇ ਤੁਹਾਡੇ ਸਾਹਮਣੇ ਹੀ ਮਿਲਿਆ, ਇਹ ਤੁਹਾਨੂੰ ਦੱਸ ਦੇਣਗੇ ਕਿ ਜਿਹੜਾ ਫੋਨ ਹੈਗਾ ਉਹ ਮਤਲਬ ਕਿੱਥੋਂ ਇਹਨਾਂ ਨੂੰ ਮਿਲਿਆ ਅਤੇ ਇਸ ਫੋਨ ਸੰਬੰਧੀ ਕੁਛ ਗੱਲਬਾਤ ਵੀ ਹੋਈ ਹੈ। ਉਹ ਬੰਦਾ ਜਿਹਦੇ ਨਾਲ ਗੱਲਬਾਤ ਹੋਈ ਹੈ ਉਹ ਕਿਸ ਪੱਧਰ ਦਾ, ਕਿਸ ਲੈਵਲ ਦਾ ਅਫੀਸਰ ਹੈ, ਉਹਨੇ ਕੀ ਕਿਹਾ, ਇਹ ਵੀ ਇਹ ਦੱਸ ਦੇਣਗੇ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਆਪਦਾ ਨਾਂ ਦੱਸ ਕੇ ਅਤੇ ਇਹਦੇ ਬਾਰੇ ਦੱਸਣ ਕਿ ਫੋਨ ਕਿੱਥੋਂ ਮਿਲਿਆ ਸੀ ਅਤੇ ਕੀ ਗੱਲਬਾਤ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 16 'ਚ ਚੱਲੇ ਸੀਗੇ, ਮੰਡੀ ਗੋਬਿੰਦਗੜ੍ਹ ਤੋਂ ਆਏ ਹਾਂ, ਬਲਦੇਵ ਸਿੰਘ ਮੇਰਾ ਨਾਂ ਹੈ, ਅਤੇ ਉੱਥੇ ਜਦ ਮੈਂ ਫੋਨ ਇੱਦਾਂ ਮੁੱਧਾ ਪਿਆ ਸੀਗਾ, ਮੇਰੀ ਗੱਡੀ 'ਤੇ ਮੈਨੂੰ ਨਜ਼ਾ ਪੈ ਗਿਆ ਚਮਕ ਸੂਰਜ ਦੀ ਰਿਸ਼ਕੋਰ ਨਾਲ। ਮੈਂ ਮੁੰਡੇ ਨੂੰ ਕਿਹਾ, ਮੈਂ ਯਾਰ ਕਿਸੇ ਦਾ ਮੋਬਾਈਲ ਗਿਰਿਆ ਪਿਆ, ਮੈਂ ਗੱਡੀ ਵਿਚਾਲੇ ਲੈ ਕੇ ਇਹਨੂੰ ਕੱਢ ਕੇ ਮੁੰਡੇ ਨੇ ਫੋਨ ਚੱਕ ਲਿਆਂਦਾ, ਚੱਕਿਆ ਤਾਂ ਇਹਦੇ 'ਤੇ ਫੋਨ ਆਇਆ ਅਤੇ ਔਨ ਨਾ ਹੋਇਆ, ਅਤੇ ਮੈਂ ਇਹਦੇ 'ਚੋਂ ਸਿਮ ਕੱਢਿਆ। ਮੈਂ ਕਿਹਾ ਯਾਰ ਫਿਰ ਅਸੀਂ ਜਾ ਕੇ ਫਤਿਹਗੜ੍ਹ ਸਾਹਿਬ ਤੋਂ ਅਗਲਾ ਲੈਣ ਆਊਗਾ, ਵੀ ਆਪਾਂ ਹੁਣੇ ਦੇ ਚੱਲੀਏ, ਰੱਖਣਾ ਤਾਂ ਅਸੀਂ ਹੈ ਨਹੀਂ ਸੀਗਾ ਫੋਨ। ਮੈਂ ਇਹਦਾ ਸਿਮ ਕੱਢ ਕੇ ਆਪਣੇ ਫੋਨ 'ਚ ਪਾ ਲਿਆ ਅਤੇ ਇਹਨਾਂ ਦਾ ਫੋਨ ਆਇਆ ਅਤੇ ਇਹ ਗੱਲ ਕਿਸੇ ਹੋਰ ਨਾਲ ਕਰ ਰਹੇ ਨੇ ਅਤੇ ਸੁਣ ਮੈਨੂੰ ਰਿਹਾ ਸਾਰਾ ਕੁਛ, ਅਤੇ ਬਾਅਦ ਦੇ ਵਿੱਚ ਜਦੋਂ ਗੱਲ ਬੰਦ ਹੋ ਗਈ ਤਾਂ ਮੈਂ ਕੱਟ ਕੇ ਫਿਰ ਦੁਬਾਰਾ ਇਹਨਾਂ ਨੂੰ ਕਾਲ ਕਰੀ। ਮੈਂ ਕਿਹਾ ਜੀ ਤੁਸੀਂ ਕੌਣ ਬੋਲਦੇ? ਕਹਿੰਦੇ ਬਲਵਿੰਦਰ ਸਿੰਘ ਬੋਲਦੇ ਹਾਂ। ਮੈਂ ਕਿਹਾ ਸਰ ਵੀ ਤੁਹਾਡੇ ਕਿਸੇ ਬੰਦੇ ਦਾ ਜਾਂ ਤੁਹਾਡਾ ਮੈਨੂੰ ਫੋਨ ਮਿਲਿਆ ਵੀ ਅਸੀਂ 16 'ਚ ਹਾਂ? ਇਹ ਕਹਿੰਦੇ ਵੀ ਅਸੀਂ ਬਿਜੀ ਬਹੁਤ ਹਾਂ, ਵੀ ਕੋਈ ਨਾ ਮੈਂ ਫ੍ਰੀ ਹੋ ਕੇ ਕਾਲ ਕਰਦਾ। ਅਤੇ ਉਹ ਤੋਂ ਬਾਅਦ 'ਚ ਜਿੰਨੇ ਵੀ ਫੋਨ ਆਉਂਦੇ ਸੀ ਮੈਨੂੰ ਸਾਰੀਆਂ ਗੱਲਾਂ, ਮੈਂ ਫੋਨ ਚੱਕਣ ਲੱਗ ਗਿਆ ਅਤੇ ਮੈਨੂੰ ਸੁਣਨ ਲੱਗ ਗਿਆ। ਮੈਂ ਕਿਹਾ ਯਾਰ ਫੋਨ ਇਹਨਾਂ ਦਾ ਆਈ ਜਾ ਰਿਹਾ, ਵੀ ਇਹ ਕਹਿੰਦੇ ਨੇ ਬਿਜੀ ਬੜੇ ਹਾਂ ਅਸੀਂ, ਵੀ ਕੰਮ ਤਾਂ ਇਹਨਾਂ ਦੀਆਂ, ਗੱਲਾਂ ਤਾਂ ਇਹਨਾਂ ਦੀਆਂ ਹੋ ਰਹੀਆਂ ਨੇ ਸਾਰੀਆਂ। ਅਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਵੀ ਇਹ ਤੁਹਾਡੇ ਮਤਲਬ ਦਾ ਨੰਬਰ ਲੱਗਦਾ, ਵੀ ਇਹ ਤੁਹਾਡੀਆਂ ਹੀ ਗੱਲਾਂ ਸਾਨੂੰ ਸੁਣ ਰਹੀਆਂ ਨੇ ਸਾਰੀਆਂ, ਤੁਹਾਡਾ ਹੀ ਨੰਬਰ ਆਉਂਦਾ, ਜਿਹੜਾ ਵੀ ਤੁਹਾਨੂੰ ਬੰਦਾ ਕਾਲ ਕਰਦਾ ਉਹਦੀ ਇਹਦੇ 'ਤੇ ਕਾਲ ਆ ਰਹੀ ਹੈ। ਅਤੇ ਫਿਰ ਇਹ ਕਹਿੰਦੇ ਵੀ ਸਾਨੂੰ ਉਰੇ ਆ ਕੇ ਕੌਮੀ ਮੋਰਚੇ 'ਤੇ ਮਿਲ ਕੇ ਜਾਓ। ਜਦ ਤੱਕ ਅਸੀਂ ਉਹਨਾਂ ਨਾਲ ਵੀ ਗੱਲ ਕਰ ਚੁੱਕੇ ਸੀ, ਉਹ ਕਹਿੰਦੇ ਮੈਂ DSP ਦੇ ਦਫ਼ਤਰ 'ਚੋਂ ਬੋਲਦਾ, ਵੀ ਇਹ ਸਰਕਾਰੀ ਫੋਨ ਹੈ। ਮੈਂ ਕਿਹਾ ਵੀ ਮੈਂ ਉਹਨਾਂ ਦੀ ਕੌਮੀ ਮੋਰਚੇ 'ਤੇ ਹਾਜ਼ਰੀ ਲਵਾ ਕੇ ਫਿਰ ਆਵਾਂਗੇ ਤੁਹਾਡੇ ਕੋਲ, ਵੀ ਜੇ ਜਲਦੀ ਹੈ ਤਾਂ ਭਾਈ ਉੱਥੇ ਆ ਜਾਓ। ਉਹ ਕਹਿੰਦੇ ਅਸੀਂ ਉੱਥੇ ਹੀ ਆ ਰਹੇ ਹਾਂ, ਹੁਣ ਸ਼ਾਇਦ ਉਰੇ ਆ ਰਹੇ ਨੇ, ਇਹ ਰੱਬ ਜਾਣਦਾ। ਉਹਦਾ ਨੰਬਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਫੋਨ 'ਤੇ ਜਿਹਦੇ 'ਤੇ ਆਊਟਪੁੱਟ ਆ ਰਹੀ ਹੈ,
ਇਹਦਾ ਨੰਬਰ ਹੈ 8181000011। ਔਰ ਇੱਕ ਗੱਲ ਜਿਹਦੇ ਲਈ ਮਤਲਬ ਮੈਨੂੰ ਬੇਹੱਦ ਖੁਸ਼ੀ ਹੈ ਕਿ ਇਹ ਕੋਈ ਛੋਟੀ ਘਟਨਾ ਨਹੀਂ, ਪੁਲਿਸ ਵਾਲਿਆਂ ਲਈ, ਸਾਡੀ ਸਟੇਟ ਦੀਆਂ ਏਜੰਸੀਆਂ ਲਈ ਇਹ ਆਮ ਗੱਲ ਹੋ ਸਕਦੀ ਆ, ਉਹ ਸਾਰਿਆਂ ਦੀਆਂ ਗੱਲਾਂ ਸੁਣਦੇ ਆ, ਉਹਨਾਂ ਲਈ ਆਮ ਗੱਲ ਹੋ ਸਕਦੀ ਹੈ, ਪਰ ਸਾਡੇ ਲਈ ਇਹ ਆਮ ਗੱਲ ਇਸ ਕਰਕੇ ਨਹੀਂ ਕਿਉਂਕਿ ਉਹ ਸਾਰਾ ਕੁਝ ਚੋਰੀ ਸੁਣਦੇ ਆ, ਚੋਰੀ ਕਰਦੇ ਆ, ਪਰ ਇੱਥੇ ਉਹਨਾਂ ਦੀ ਚੋਰੀ ਨੰਗੀ ਹੋ ਚੁੱਕੀ ਹੈ। ਇਹ ਕਿਉਂ ਨੰਗੀ ਹੋਈ ਆ? ਮੇਰੀ ਆਤਮਾ, ਮੇਰਾ ਆਤਮ ਵਿਸ਼ਵਾਸ ਇਹ ਮੰਨਦਾ ਕਿ ਇਹ ਮੋਰਚਾ ਸੱਚਮੁੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਲੱਗਿਆ ਹੋਇਆ, ਜਿਹਦੇ ਕਰਕੇ ਸਾਡੇ ਨਾਲ ਕੀਤੀ ਜਾ ਰਹੀ ਇਹ ਕਰਤੂਤ ਚੁਰਾਹੇ ਦੇ ਵਿੱਚ ਨੰਗੀ ਹੋਈ ਹੈ। ਸੋ ਸਾਰੇ ਪੰਜਾਬੀਆਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੀ ਧਰਤੀ 'ਤੇ ਲੱਗਿਆ ਹੋਇਆ, ਕੌਮ ਦੇ ਇਨਸਾਫ ਲਈ ਲੱਗਿਆ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਲੱਗਿਆ ਹੋਇਆ, ਉੱਥੇ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ। ਆਓ ਆਓ ਆਪਾਂ ਸਾਰੇ ਜਾਣੇ ਮਿਲ ਕੇ ਕੌਮ ਦੇ ਨਾਲ ਪਿਛਲੇ 5 ਦਹਾਕਿਆਂ ਤੋਂ ਹੋ ਰਹੀਆਂ ਬੇਇਨਸਾਫੀਆਂ ਦਾ ਇਨਸਾਫ ਲੈ ਕੇ ਇਸ ਭਾਰਤ ਤੇ ਪੰਜਾਬ ਦੀ ਧਰਤੀ ਤੇ ਇੱਕ ਨਵੀਂ ਇਬਾਰਤ ਲਿਖਣੀ ਸ਼ੁਰੂ ਕਰੀਏ। ਦੇਖੋ ਕਿਸੇ ਹੋਰ ਦੇ ਕਿਉਂ ਨਹੀਂ ਹੋਣਗੇ? ਬਾਪੂ ਜੀ ਦਾ ਫੋਨ ਕਿਉਂ ਨਹੀਂ ਟੈਪ ਹੋ ਰਿਹਾ ਹੋਏਗਾ? ਰੁਪਿੰਦਰ ਦਾ ਫੋਨ ਕਿਉਂ ਨਹੀਂ ਟੈਪ ਹੋ ਰਿਹਾ ਹੋਏਗਾ? ਐਡਵੋਕੇਟ ਅਮਰ ਸਿੰਘ ਚਾਹਲ ਦਾ ਫੋਨ ਕਿਉਂ ਨਹੀਂ ਟੈਪ ਹੋ ਰਿਹਾ ਹੋਏਗਾ? ਦਲਸ਼ੇਰ ਦਾ ਆ ਮੇਰੇ ਨਾਲ ਬੈਠੇ ਆ, ਇਹ ਗੁਰਸ਼ਰਨ ਸਿੰਘ ਧਾਲੀਵਾਲ ਦਾ ਵਿਆਹ ਹੋਇਆ, ਅਜੇ 15 ਦਿਨ ਹੋਇਆ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਐਡਵੋਕੇਟ ਹੈ, ਇਹ ਆਪਣੀ ਨਵ ਵਿਆਹੀ ਪਤਨੀ ਨਾਲ ਗੱਲ ਕਰਦੇ ਹੋਣਗੇ। ਇਹ ਕੀ ਨਿੱਜਤਾ ਰਹੀ? ਇਹ ਲੋਕ ਕਿੱਡੇ ਕਮੀਨੇ ਔਰ ਕਿੰਨੇ ਨੀਵੇਂ ਪੱਧਰ ਦੇ ਹੋ ਚੁੱਕੇ ਆ, ਇਹ ਕ੍ਰਿਮੀਨਲ ਨੇ। ਜ਼ਰੂਰ ਇਹਨਾਂ ਦਾ ਵੀ ਫੋਨ ਰਿਕਾਰਡ ਹੋ ਰਿਹਾ ਹੋਏਗਾ, ਕਿਉਂਕਿ ਇਹ ਆਪਦਾ ਨਵਾਂ ਵਿਆਹ ਹੋਣ ਦੇ ਬਾਵਜੂਦ ਸਾਰਾ ਦਿਨ ਅਤੇ ਰਾਤ ਨੂੰ 12 ਵਜੇ ਤੱਕ ਇਸ ਮੋਰਚੇ 'ਚ ਰਹਿੰਦੇ ਆ। ਦੇਖੋ ਇਹਦੇ ਤੇ ਇਹਦਾ ਪਤਾ ਲੱਗ ਗਿਆ, ਇਹ ਬਲ ਸਾਹਿਬ ਲਿਖਿਆ ਹੋਇਆ, ਇਹ ਬਲ ਮੇਰਾ ਖਿਆਲ ਹੈ ਇੱਥੋਂ ਦਾ ਡੀਐਸਪੀ ਹੈ, ਬਲ ਸਾਹਿਬ ਇੱਥੇ ਆਇਆ ਰਿਹਾ ਜੀ, ਬਲ ਸਾਹਿਬ ਨਿਊ ਆ, ਮੇ ਬੀ ਉਹਨਾਂ ਦਾ ਨਵਾਂ ਨੰਬਰ ਹੋਵੇ, ਠੀਕ ਹੈ ਨੀ? ਇਹ ਤਾਂ ਚਲੋ ਅਸੀਂ ਦੇਖੋ, ਅਸੀਂ ਕੋਈ ਮੰਗ ਨਹੀਂ ਕਰਨਾ ਚਾਹੁੰਦੇ, ਅਸੀਂ ਇਹ ਮੰਗ ਕਰਦੇ ਹਾਂ, ਅਸੀਂ ਸ਼ਿਕਾਇਤ ਤੇ ਇਹਦੀ ਕਰਾਂਗੇ, ਕਾਨੂੰਨੀ ਕਾਰਵਾਈ ਭਾਰਤੀ ਸੰਵਿਧਾਨ ਦੇ ਮੁਤਾਬਕ ਜੋ ਬਣੇਗੀ ਉਹ ਕਰਾਂਗੇ। ਇਨਸਾਫ ਨਾ ਕਦੇ ਪਹਿਲੋਂ ਮਿਲਿਆ ਨਾ ਮਿਲੇਗਾ, ਪਰ ਦੇਖੋ ਕੁਛ ਵੀ ਹੋ ਰਿਹਾ ਟੈਪ ਤੇ ਹੋ ਰਿਹਾ, ਆਪਾਂ ਸਾਰਿਆਂ ਨੇ ਇਹ ਰਿਜ਼ਲਟ ਦੇਖਿਆ ਹੈਗਾ। ਸਵਾਲ ਇਹ ਹੈ, ਮੈਂ ਕਿਸੇ ਹੋਰ ਫੋਨ 'ਚ ਵੀ ਪਾਲਾਂਗਾ ਤੇ ਉਹ ਟੈਪ ਹੋਏਗਾ? ਜੇ ਮੇਰਾ ਹੋ ਰਿਹਾ, ਕਿਉਂਕਿ ਮੈਂ ਤੇ ਮਤਲਬ ਇੱਕ ਛੋਟਾ ਜਿਹਾ ਪਾਰਟ ਆ ਨਾ, ਮੈਥੋਂ ਸੀਨੀਅਰ ਤਾਂ ਕਾਫੀ ਨੇ, ਪੈਸੇ ਦਾ ਹਿਸਾਬ ਕਿਤਾਬ ਰੱਖਣ ਵਾਲੇ ਬਾਕੀ ਬੰਦੇ ਹੈ। ਸਵਾਗਤ ਹੈ, ਸਰਕਾਰਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਕਰੇ, ਪਰ ਸਵਾਲ ਇਹ ਹੈ ਜਮਹੂਰੀ ਢੰਗ ਦੇ ਨਾਲ ਸਾਡੀ ਕਰੈਕਟਰ ਵੈਰੀਫਿਕੇਸ਼ਨ ਪਿਛਲਿਆਂ ਸਾਲਾਂ ਦੇ ਵਿੱਚ ਸਰਕਾਰ ਨੇ ਕੀਤੀ ਨਹੀਂ, ਅਸੀਂ ਕਿੰਨੇ ਕੁ ਕ੍ਰਿਮੀਨਲ ਬੰਦੇ ਹਾਂ ਕਿ ਸਰਕਾਰ ਇਸ ਤਰ੍ਹਾਂ ਦਾ ਵਿਵਹਾਰ ਸਾਡੇ ਨਾਲ ਕਰ ਰਹੀ ਹੈ? ਸੋ ਅਸੀਂ ਇਹਦੇ 'ਤੇ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ, ਪਰ ਸਰਕਾਰ ਦੀ ਇਹ ਨੈਤਿਕ ਹਾਰ ਹੈ। ਗੁਰਸ਼ਰਨ ਜੀ, ਆ ਜਿਹੜੀ ਆਪਣੀ ਅੱਜ ਗੱਲ ਸਾਹਮਣੇ ਆਈ ਹੈ ਵੀ ਇਹ ਟੈਪ ਹੋ ਰਿਹਾ ਹੈ, ਤੇ ਕਾਨੂੰਨ ਤੌਰ ਤੇ ਕੀ ਕਾਰਵਾਈ ਹੁੰਦੀ, ਕਿਹੜੀ ਧਾਰਾ ਇਸ 'ਤੇ ਲੱਗਦੀ? ਦੇਖੋ ਜੀ, ਅਸੀਂ ਇਹਦੇ ਬਾਰੇ ਪਹਿਲਾਂ ਤਾਂ ਇਹ ਕਲੀਅਰ ਹੋਵੇ ਨਾ ਇਹ ਕਿਸ ਨਾਮ 'ਤੇ ਹੈ ਔਰ ਕਿੰਨੇ ਇਹ 'ਤੇ ਕੀਤਾ ਹੋਈ, ਕੌਣ ਕਰ ਰਿਹਾ ਦੇ, ਬਾਕੀ ਅਸੀਂ ਕਾਨੂੰਨੀ ਕਾਰਵਾਈ ਜੋ ਬਣਦੀ ਹੋਈ ਇਸ 'ਤੇ ਕਰਾਂਗੇ। ਪਹਿਲਾਂ ਪੁਲਿਸ ਕੰਪਲੇਂਟ ਦਿੱਤੀ ਜਾਊਗੀ, ਜੋ ਕਲੀਅਰ ਹੋਊਗਾ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਇਸ 'ਤੇ ਕੀਤੀ ਕਰਵਾਵਾਂਗੇ। ਨਹੀਂ, ਕੋਈ ਰਾਈਟ ਨਹੀਂ ਹੈਗਾ ਕਿਸੇ ਕੋਲ, ਕੋਈ ਰਾਈਟ ਨਹੀਂ ਹੈਗਾ ਜੀ, ਕੋਈ ਪਰਸਨਲ ਨਿੱਜੀ ਜ਼ਿੰਦਗੀ 'ਚ ਤੁਸੀਂ ਬਿਨਾਂ ਕਿਸੇ ਦੇ
विदाउट एनी परमिशन तुसी किसी दे भी फोन टैप नहीं कर सकते। कोई राइट ना किसी पुलिस को ना किसी भी अथॉरिटी को राइट नहीं है गई और ये इलीगल है, टोटली इलीगल है। और असी निंदा करते हैं इस चीज़ की कि ये पुलिस नू जो एजेंसियां ने जां पुलिस ने जो ये स्टैप लै रही ने और महाराज का शुकराना करते हैं कि भाई साहब के हाथ ये फोन जो लगा जिदे थ्रू सानू ये पता लगा। मे बी ये जे उन्हें हाथ ना लगता कि सानू तो इस चीज़ की खबर भी है नहीं सी, इन्हों के हाथ लग गया कि सानू अज तक उन्होंने पर्दा फारश होया कि जिन्हों के हथे ये नंबर तेजे सामने शो कर दिता है कि किन्ह के नाते आ रहा, ट्रू कॉलर से नंबर आ रहा, ठीक है जी। सो इस करके जो भी बनती कार्रवाई असी इस तो बाद प्रेस कॉन्फ्रेंस तो बाद असी करांगे और कंप्लेंट दे के आवांगे। और असी ये कंडीशंस दे विच देखे जावे केडी कंडीशन होंदी जिहदे विच टैपिंग जेडी होंदी है, क्योंकि जेकर इन्हें टैपिंग लगाई है उसदे ते कोई कंडीशन भी होंदी होएगी जिन्हां दे ते टैपिंग लगदी है, कोई लीगली इस चीज दी कंडीशन होंदी होएगी? लीगली कोई कंडीशन नहीं हैगी जी। गुरशरण जी जेकर मामला जिवें हुण सामने आ रहा है कि किथे पुलिस अधिकारी दा है, जे पुलिस अधिकारी दा है ते पुलिस की कार्रवाई करेगी फिर उस ते तुसीं मानदे हो? पुलिस अधिकारी लॉ दे सामने तो ऑल आर इक्वल ना, सारे इक्वल ने। सो बन जे बनती कार्रवाई पुलिस नूं करनी चाहिए ये लिए, मेरा सोचना तो यही है कि जे जो जे सारे जने इक्वल है तो पुलिस ते पल चाहे वह पुलिस अधिकारी हो चाहे वह कोई एजेंसी का बंदा हो, सब ते कार्रवाई होनी चाहिए है जी। बलविंदर जी तुहानूं सिंपल कॉल आ रही सी जां व्हाट्सएप कॉल जी तुहाडी ट्रैप हो रही सी तुहानूं लगदा सी? देखो इहदे बारे बहुती जानकारी नहीं, हुण सीधी कॉल कीती सीगी तां उह आ रही सी, वट्सएप कॉल भी रिकॉर्ड होंगी हो, इन्हों को सारे मतलब साधन है ने। पर सवाल तो यह है कि जिस तरह मान लो सी आई डी है क्रिमिनल इनवैसटीगेशन वास्ते ये एजेंसियां बनिया, ये एजेंसियां तो इस करके बनिया सी भी कोई हथियारों की सप्लाई करता है, कोई किसी बंब धमाका करना चाहता है, कोई नशा तस्करी कर रहा है, इन गल्लां करके ये एजेंसियां बनिया सी। ये 24 घंटे साढ़े वर्गे शरीफ लोगों के मगर तुरे फिरते हैं जिन्हों का कोई क्रिमिनल रिकॉर्ड ही नहीं है, तो साढ़े देश का की हाल होएगा ये आप सारे जने सोच सकते हैं। तुसी सोसाइटी के वो लोग हो जिन्हों के सिर पर लोकतंत्र खलोता है, तो सवाल यह है भी जे ये पुलिस साढ़े मगर ही लगी फिरती है तो दूजे पासे नशा टैलीफोन, मैनू हैरानी है भी चिट्टा जिहड़ा हैगा घर तक पहुँच जाता, उत्थे पुलिस नहीं पहुँचती, साडियां पैड़ां नप्पी जांदी है। सो असल दे विच गल की है कि जेड़े साडे राजनेता ने और प्लस साडे पुलिस दे अफसर ने एक माफिया की तरह काम कर रहे है, ये इन्हां ने शरीफ लोगों का जेड़ा जिउणा दुब्बर किया होया और सारी धक्केशाही जेड़ी कुछ लभ रहे सी कुत्ते दे हड्डी लभण वांग कि माड़ा मोटा इन्हां दा कुछ मिले तो असीं इन्हां दी बाह मरोड़ीए। मैं इन्हां नूं चैलेंज करदा है कि ये साढ़े ते रत्ती भर भी जिहड़ा हैगा साढ़े ते जिहड़ा दोष नहीं ला सकते, ते उदा एक्सीडेंट करवा देन उह मरवा देन उह लहदा गल है, पर साढ़े ते किसे तरह का भी ये दोष जिहड़ा नहीं ला सकते। असी कोई क्रिमिनल लोग नहीं भी सानू आई एस आई तो पैसा आ रहा, इत्थे लोग दो दो हज़ार पाँच पाँच हज़ार रुपया 500 रुपया दे रहे हैं जिदे नाल ये मोर्चा चल रहा।